ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅਵਰ YouTube ਚੈਨਲ ਜਿਹਦਾ ਨਾਮ ਹੈ ਅਮਨ ਜਸ ਲਾ ਤੇ ਅਸੀਂ ਆ ਗਏ ਨਵੇਂ ਵਲੌਗ ਤੇ ਨਾਲ ਤੇ ਅੱਜ ਦੀ ਸਟਾਰਟਿੰਗ ਹੋ ਰਹੀ ਹੈ ਮੈਂ ਖਿਮਾਨੀ ਦੇ ਘਰ ਤੋਂ ਹਾਂਜੀ ਅੱਜ ਕਿਉਂਕਿ ਆਪਾਂ ਦੁਪਹਿਰ ਦੇ ਇੱਥੇ ਬੈਠੇ ਹੋਏ ਆ ਗੱਲਾਂ ਗੱਲਾਂ ਕਰੀ ਜਾਂਦੇ ਸੀਗੇ ਕਾਫੀ ਟਾਈਮ ਦੇ ਬੈਠੇ ਹੋਏ ਆਪਾਂ ਮੋਸਟਲੀ ਆਪਾਂ ਨਾ ਡੇਲੀ ਜਾਂ ਤਾਂ ਉਹ ਸਾਡੇ ਘਰ ਆਉਂਦੇ ਆ ਅਸੀਂ ਉਹਨਾਂ ਦੇ ਘਰ ਆਉਂਦੇ ਫਿਰ ਅਸੀਂ ਗੱਲਾਂ ਗੱਲਾਂ ਕਰੀ ਦੀ ਆ ਜੋ ਵੀ ਆਪਣੇ ਕੰਮ ਹੁੰਦੇ ਆ ਉਹ ਕੰਪਲੀਟ ਕਰੀ ਦੇ ਕਰਕੇ ਹਾਂਜੀ ਤੇ ਬਹੁਤ ਟਾਈਮ ਦੇ ਗੱਲਾਂ ਬਾਤਾਂ ਮਾਰੀ ਜਾਂਦੇ ਤੇ ਮੈਂ ਚਲੋ ਵਲੌਗ ਸ਼ੁਰੂ ਕਰਦੇ ਆ ਹਾਂਜੀ ਹੈਨਾ ਹਾਂਜੀ ਹਾਂਜੀ ਗੱਲ ਦੀ ਪਈ ਆ ਰਹੀ ਪਰ ਵਲੌਗ ਸ਼ੁਰੂ ਕਰਨ ਦਾ ਇੱਕ ਖਾਸ ਰੀਜ਼ਨ ਹੈ ਉਹ ਮੈਂ ਦੱਸਦੀ ਆ ਕਿਉਂਕਿ ਸਾਡੀ ਕਿਊਟ ਹਿਮਾਨੀ ਕਹਿੰਦੀ ਆ ਵੀ ਅੱਜ ਮੈਂ ਤੁਹਾਨੂੰ ਆਪਣੇ ਹੱਥ ਦਾ ਕੁਝ ਖਵਾਣਾ ਹੈ ਹਾਂ ਨਹੀਂ ਮੈਂ ਤੇ ਪਤਾ ਲੱਗ ਗਿਆ ਨਾ ਟਾਈਟਲ ਤੋਂ ਥੰਬਨੇਲ ਟਾਈਟਲ ਤੋਂ ਹਾਂ ਔਰ ਸਪੈਸ਼ਲ ਕਿਊਟ ਹੈ ਵੀ ਪਤਾ ਕਿਆ ਉਹਦਾ ਨਾਮ ਹੀ ਇੰਨਾ ਕਿਊਟ ਹੈ ਵੀ ਫਿਰ ਸਾਡਾ ਵੀ ਦਿਲ ਕੀਤਾ ਵੀ ਹਾਂ ਯਾਰ ਖਾਣਾ ਤਾਂ ਬਣਦਾ ਹੈ ਉਹਦਾ ਨਾਮ ਪਤਾ ਕੀ ਹੈ ਪੋਟੈਟੋ ਪਿਲੋਸ ਪਿਲੋਸ ਮਨਸਰਾ ਹਾਂ ਪੋਟੈਟੋ ਪਿਲੋਸ ਅਸੀਂ ਨਾਮ ਪਹਿਲੀ ਵਾਰ ਸੁਣਿਆ ਹੈ हिमानी ने आलू कर लिया मैश वाह ਨਾਲ ਕੇਲੇ ਵੀ ਰੱਖੇ ਹੋਏ ਇਧਰ ਨੂੰ ਤੇ ਇਧਰ ਆ ਮਸਾਲੇ ਰੱਖੇ ਹੋਏ ਆ ਮੇਰੀ ਆਵਾਜ਼ ਵੀ ਬਹੁਤ ਸੋਹਣੀ ਨਿਕਲਦੀ ਆ ਇਹ ਨਾ ਕਿਉਂਕਿ ਮੇਰੀ ਆਵਾਜ਼ ਨਹੀਂ ਨਿਕਲਦੀ ਹੈਨਾ ਹਾਂ ਆਵਾਜ਼ ਮੇਰੀ ਸੋਹਣੀ ਆ ਕਈ ਤਕਲੀਫ ਹੈਗੀ ਨਾ ਵਿਚਾਰੀ ਵਿਕਸ ਦੀ ਗੋਲੀ ਦੇਣਾ ਚਾਹੁੰਦੇ ਮੈਨੂੰ ਸੋ ਤਾਂ ਕਰ पोटैटो पिलो खावांगे नजारे लावांगे पोटैटो पिलो जाना वेखदे फर्स्ट टाइम खा लगदी ਉਹ ਦੇਖ ਕੇ ਤਾਂ ਨਾ ਮੈਨੂੰ ਹੋਰ ਐਕਸਾਈਟਮੈਂਟ ਹੋ ਗਈ ਖਾਣ ਦੀ ਉਹ ਇੰਨੇ ਕਿਊਟ ਕਿਊਟ ਜੀ ਸ਼ਕਲ ਬਣਦੀ ਉਹਨਾਂ ਦੀ ਹੈ ਨਾ ਸੋ ਹੁਣ ਜਦੋਂ ਖਾਵਾਂਗੇ ਫਿਰ ਪਤਾ ਲੱਗੂ ਸਹੀ ਗੱਲ ਬਾਕੀ ਅੱਛਾ ਇਹ ਮਾਲੀ ਤੂੰ ਕਿੱਥੋਂ ਸਿੱਖੀ ਆ ਮੈਂ ਇੰਸਟਾ ਤੋਂ ਇੰਸਟਾ ਤੋਂ जल्दी वापस आ जाओ ते आपां नूं क्या मैं छेती आ जाइए नहीं ते कल्ले ने खाए पोटैटो पिलो की कहन लगी ढोकला मैं सच्ची एक बार खादा ही पोटैटो पिलोज बनने स्टार्ट हो रहे पहला रोल बनाना है ਤੇ ਆਪਾਂ ਹੌਲੀ ਹੌਲੀ ਰੈਸਿਪੀ ਵੀ ਸ਼ੇਅਰ ਕਰਾਂਗੇ ਫਿਰ ਹੈ ਨਾ ਈਜ਼ੀ ਹੈ ਨਾ ਵੈਸੇ ਈਜ਼ੀ ਹੀ ਲੱਗਦੇ ਪਏ ਫਿਲਹਾਲ ਆਲੂ ਬੋਇਲ ਕਰਕੇ ਉਹਦੇ 'ਚ ਮਸਾਲੇ ਵਗੈਰਾ ਮੈਸ਼ ਕੀਤੇ ਆ ਹੈ ਨਾ ਅਤੇ ਹੁਣ ਅੱਗੇ ਦੀ ਅੱਗੇ ਦੇਖਦੇ ਹਾਂ ਹੋਰ ਕੀ ਹੁੰਦਾ ਅੱਛਾ ਚਾਹ ਤੁਸੀਂ ਪੀਣੀ ਹੈ ਚਾਹ ਪੀਣੀ ਹੈ ਅਤੇ ਮਯੰਕ ਨੇ ਵੀ ਨਹੀਂ ਪੀਣੀ ਮਯੰਕ ਵਾਪਸ ਆ ਚੁੱਕਿਆ ਆਪਾਂ ਤੁਹਾਨੂੰ ਬਾਅਦ 'ਚ ਦਿਖਾਉਂਦੇ ਹਾਂ ਉਹਨੂੰ ਮਿਲਾਉਂਦੇ ਹਾਂ ਉਹਦੇ ਨਾਲ ਅਤੇ ਉਹ ਵੀ ਕਹਿੰਦਾ ਚਾਹ ਲਈ ਮਨਾ ਕਰ ਗਿਆ ਅਤੇ ਹਿਮਾਨੀ ਪੀਊਗੀ ਚਾਹ ਆਪਾਂ ਦੋਨੋਂ ਹੀ ਆ ਚਾਹ ਪੀਣ ਵਾਲੇ ਹੈ ਨਾ ਆਪਾਂ ਦੋਨੋਂ ਚਾਹ ਪੀਵਾਂਗੇ ਨਾਲੇ ਪੋਟੈਟੋ ਪਿਲੋਸ ਖਾਵਾਂਗੇ ਇਹਨਾਂ ਨੇ ਚਾਹ ਨਹੀਂ ਪੀਣੀ ਸੋ ਮੈਂ ਚਾਹ ਬਣਾਉਂਦੀ ਹਾਂ ਤੁਸੀਂ ਪੋਟੈਟੋ ਪਿਲੋਸ ਬਣਾਓ ਯੈਸ ਮੈਨੂੰ ਲੱਗਾ ਕਹਿਣਗੇ ਜਾ ਹੋ ਹਾਂ ਜਾ ਜਾ ਛੇਤੀ ਆ ਵੀ ਚਲੋ ਚਲੋ ਅੱਛਾ ਜੀ ਛੇਤੀ ਆਓ ਚਲੋ ਚਲੋ ਬਣਾ ਰਹੇ ਹਾਂ 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 ਜੀ ਬਾਤ ਦੋਨੋਂ ਜਣ ਲੱਗੇ ਕੰਮ ਕਰਨ ਹਾਂ ਜੀ ਇੱਕ ਪਾਸੇ ਪੋਟੈਟੋ ਪਿਲੋਸ ਫਰਾਈ ਹੋ ਰਹੇ ਆ ਤੇ ਦੂਜੇ ਪਾਸੇ ਚਾਹ ਬਣ ਰਹੀ ਦੂਜੇ ਪਾਸੇ ਚਾਹ ਬਣਦੀ ਪਈ ਹੈ ਨਾ ਮੇਰੇ ਨਾਲ ਹੀ ਮੰਨ ਗਏ ਇਹਨੂੰ ਮੈਨੂੰ ਪਤਾ ਨਹੀਂ ਕੀ ਕਹਿੰਦੇ ਹੁੰਦੇ ਪਰ ਇਹ ਬੜਾ ਕਿਊਟ ਹੈ ਛੁਟਕੂ ਜਿਹਾ ਹਾਂ ਇਹ ਸੱਚੀ ਦਿਖਾਈ ਮੈਂ ਆਪ ਹੁਣ ਵੇਖਿਆ ਇਹ ਬੜਾ ਛੋਟਾ ਜਿਹਾ ਛੁਟਕੂ ਜਿਹਾ ਹੈ ਨਾ ਵਾਹ ਬੜਾ ਕਿਆ ਕਰ ਆਪਣੇ ਘਰ ਦੇ ਤਾਂ ਵੱਡੇ ਵੱਡੇ ਆ ਨਾ ਇਹ ਸ਼ਾਇਦ ਮੈਨੂੰ ਮੇਰੀ ਮਾਸੀ ਨੇ ਦਿੱਤਾ ਸੀ ਅੱਛਾ 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 ਜੇ ਮਾਸੀ ਤੁਸੀਂ ਵਲੌਗ ਦੇਖ ਰਹੇ ਹੋ ਤੇ ਤੁਹਾਨੂੰ ਯਾਦ ਕੀਤਾ ਜਾ ਰਿਹਾ ਹੈ ਦੇਖਦੇ ਹਾਂ ਦੇਖਦੇ ਸਤਿ ਸ਼੍ਰੀ ਅਕਾਲ ਮਾਸੀ ਤੁਹਾਨੂੰ ਯਾਦ ਕੀਤਾ ਜਾ ਰਿਹਾ ਹੈ ਇਦਾਂ ਸਤਿ ਸ਼੍ਰੀ ਅਕਾਲ ਮਾਸੀ ਜੀ
मैं बैठ लगा मेनू खवाओ हां जी नहीं नहीं खवा दो यार इदा ना करो नहीं नहीं मैं बैठ लगा वा मेनू खवाओ प्यार ना कह मेनू खवा दो जी पोटैटो पिलोज बन चुके है और जस्ट करने लगे है ट्राई हां जी और स्पेशल चीज है ना दे विच वाओ मोजरेला चीज ध्यान ना खाए वो गर्म ना हो नहीं करनी है सीरियसली हिमानी सॉरी 100 नंबर हिमानी 100 आउट ऑफ 100 सच्ची आप आ रहे हो लो मैं भी करती हूँ ट्राई वाव सच्ची बहुत टेस्टी है चीज कैंट लग रही है बहुत ज्यादा कैंट थैंक यू हिमानी एंड द टेस्टी पोटैटो पिलोस खवाई दी अपनी शर्ट चेंज की ਤੇ ਇਹ ਵੀ ਖਾਣ ਲੱਗਾ ਆ ਤੇ ਕਰੋ ਚੈੱਕ ਜੁੜ ਕੋ ਗਏ ਮਨੀ ਪਿਆਰ ਜਿਆਦਾ ਲੱਗਾ ਯਾਰ ਚੀਜ਼ ਕਰਕੇ ਪਿਆਰ ਨਾ ਜਿਆਦਾ ਪਿਆਰ ਹੀ ਨਾ ਤਾਂ ਕਰਕੇ ਪਿਆਰ ਹਾਂ ਮੈਂ ਵੀ ਪਿਆਰ ਹੀ ਕਿਹਾ ਹਾਂਜੀ ਕਿੱਦਾਂ ਦੇ ਬਣੇ ਆ ਵਾਹ ਵਧੀਆ ਬਣੇ ਨੇ ਵਧੀਆ ਹਾਂ ਬਸ ਠੀਕ ਆ ਸੋਹਣੇ ਬਹੁਤ ਸਵਾਦ ਨੇ ਮਾਮੀ ਨੇ ਬਣਾਏ ਬਹੁਤ ਸਵਾਦ ਹਾਂ ਕਿੰਨੇ ਨੰਬਰ ਦੇਣੇ ਹੈਗਾ 100 ਚੋਂ खवाऊगी हिमानी ने ढोकला बनाना ना ढोकला सट लग गई ਤੇ ਡਿੱਗ ਗਿਆ ਇਹਗਾ ਪੌੜੀਆਂ ਜੋ ਆਹੀ ਪੌੜੀਆਂ ਥਲੇ ਜਾਂਦਾ ਡਿੱਗਾ ਹਾਂ ਉਹ ਸਲਿੱਪ ਕਰਦੀ ਹੈ ਨਾ ਗੱਲ ਪਤਾ ਕੀ ਆ ਚੱਪਲ ਹੀ ਮੇਰੀ ਉਹ ਥਲੋਂ ਕਸ ਗਈ ਹੋਣੀ ਆ ਉਹ ਫਰਸ਼ ਵੀ ਦੂਜਾ ਨਾ ਨਾ ਦੂਜਾ ਨਾ ਹਾਂ ਸਲਿੱਪ ਕਰਦਾ ਹੈ ਉਹ ਸਿੱਧਾ ਡਿੱਗਾ ਨਹੀਂ ਪੂਰੀ ਤਰ੍ਹਾਂ ਤੇ ਖੂਨੋ ਖੂਨ ਸਾਰਾ ਹੋ ਗਿਆ ਆ ਚੀਜ਼ ਤੇ ਟਾਂਕੇ ਲੱਗਣੇ ਹੀਗੇ ਮੈਂ ਛੱਡ ਮੇਰੇ ਟਾਂਕੇ ਲਾ ਕਿੱਥੇ ਝੁੜ ਪਣਾ चंगा वीर चल चंगा चलो आलो चाबी जाओ स्कूटी होया तो मैं चला भी लेनी चलो चल दे फिर इन्हां दी सुस्तियां ता उदों ही लखनी मन लगदा सानू आ पे बारियां भन के ना इटा लानियां पणियां इत्थे लो की आ की बारियां भन के दसदी आ ओदे कहण ता भावे हे आ वी ओनु नींद पूरी ता नहीं हुंदी क्योंकि इन्हां दी ना ये विंडो बहुत वड्डी अच्छा अच्छा हां ता एदे च वो रोशनी बहुत आंदी ते ओनु नींद नहीं पूरी हुंदी
ਮਿਸਤਰੀ ਬੁਲਾ ਕੇ ਮੈਨੂੰ ਲੱਗਦਾ ਕੁੱਲ ਬੁਲਾ ਕੇ 10-15 ਹਜ਼ਾਰ ਦਾ ਖਰਚਾ ਪੈ ਜਾਣਾ 10-15 ਮਿੰਟ 20 ਦਾ ਹੀ ਲਾ ਲਓ ਕਿਉਂਕਿ ਇੱਟਾਂ ਵੀ ਤਾਂ ਮੰਗਾਣੀ ਸੀਮੈਂਟ ਵੀ ਭਰਾਉਣਾ ਤੇ ਪੈਸੇ ਤਾਂ ਲੱਗਣੇ ਚੁਣਨੀ ਨਾ ਤੈਨੂੰ ਮੈਂ ਦੱਸਦਾ ਏਦਾਂ ਹੁੰਦਾ ਨਾ ਠੀਕ ਹੈ ਤੇ ਇਹ ਨੀ ਕਹਿੰਦੀ ਕਿ ਆਪਾਂ ਕਿਸੇ ਵਧੀਆ ਕੁਆਲਿਟੀ ਦੇ ਹਾਈ ਲੈਵਲ ਦੇ ਪਰਦੇ ਲੈਣ ਨੇ ਥੋੜੇ ਡਾਰਕ ਜੇ ਤਾਂ ਰੋਸ਼ਨੀ ਨਹੀਂ ਆਊਗੀ ਉਹੀ ਗੱਲ ਫਿਰ ਚੰਗਾ ਫਿਰ ਮਿਲਦੇ ਹਾਂ ਫਿਰ ਓਕੇ ਸੋ ਜਾਣ ਚੁੰਨੀ ਚਾਨੀ ਲੇਟ ਕੇ ਲਾਈਟਾਂ ਕਰ ਦੂੰ ਬੰਦ ਕੋਈ ਨੀ ਹੁੰਦਾ ਬਾਹਰ ਭੂਤ ਭਾਤ ਨੀ ਹੈਗਾ ਨਹੀਂ ਲੱਗਦਾ ਅਸੀਂ ਕਾਫੀ ਟਾਈਮ ਦੇ ਬੈਠੇ ਲੋ ਕਿੰਨਾ ਹਨੇਰਾ ਹੋ ਗਿਆ ਨਾ ਬੈਠੇ ਬੈਠੇ ਪਤਾ ਨੀ ਲੱਗਦਾ ਚਲੋ ਦੱਸਦੀ ਮਾਰ ਲਾਂਗੇ ਮੌਕਾ ਲਾ ਲਾਂਗੇ ਚਲੋ ਬਾਏ ਬਾਏ A few moments later. ਅਸੀਂ ਉਸ ਟਾਈਮ ਮੈਂ ਖੁਣਾ ਦੇ ਘਰੋਂ ਵਾਪਸ ਆ ਗਏ ਸੀਗੇ ਤੇ ਘਰੇ ਆ ਕੇ ਕੁਝ ਕੰਮ ਸੀ ਇਸ ਕਰਕੇ ਵਲੌਗ ਕੰਟੀਨਿਊ ਨਹੀਂ ਕਰ ਪਾਏ ਤੇ ਹੁਣ ਵੱਜ ਗਿਆ ਰਾਤ ਦੇ 12:08 ਤੇ ਮੈਂ ਖੁਣਾ ਦਾ ਕਾਲ ਆਇਆ ਤੇ ਆਪਾਂ ਪਹਿਲਾਂ ਤੁਸੀਂ ਹਨਾ ਕਲਿੱਪ ਚ ਦੇਖਿਆ ਸੀਗਾ ਵੀ ਅਸੀਂ ਸੋਚਿਆ ਸੀ ਵੀ ਅੱਜ ਰਾਤ ਨੂੰ ਆਪਾਂ ਬਾਹਰ ਘੁੰਮਣ ਜਾਵਾਂਗੇ ਤੇ ਉਹੀ ਪਲੈਨਿੰਗ ਸਾਡੀ ਸਟਿਲ ਵੀ ਹੈਗੀ ਆ ਤੇ ਆਪਾਂ ਹੁਣ ਉਹਨਾਂ ਨੂੰ ਪਿਕ ਕਰਾਂਗੇ ਫਿਰ ਆਪਾਂ ਦੇਖਦੇ ਹਾਂ ਹਨਾ ਕਿੱਥੇ ਘੁੰਮ ਕੇ ਆਣਾ ਅੱਜ ਬਹੁਤ ਟਾਈਮ ਬਾਅਦ ਆਪਾਂ ਅੱਜ ਚੱਲੇ ਆ ਨਾਈਟ ਆਊਟ ਕਰਾਂ ਨਾਈਟ ਆਊਟ ਵੈਸੇ ਵੀ ਉਹਦੇ ਨਾ ਸੱਟ ਵਗੈਰਾ ਲੱਗ ਗਈ ਆਪਾਂ ਘੁੰਮਣ ਨੀ ਜਾ ਰਹੇ ਕਿੰਨੇ ਦਿਨ ਤੋਂ ਨਾ ਵੀ ਦੂਰ ਨੀ ਜਾ ਰਹੇ ਸੀਗੇ ਉਹ ਕੋਈ ਚੱਲਿਆ ਵੀ ਨੀ ਜਾਂਦਾ ਸੀ ਕਿਤੇ ਕੋਈ ਡਿੱਗ ਗਿਆ ਸੀ ਜਿਹੜਾ ਪੌੜੀਆਂ ਚੋਂ ਹਾਂਜੀ ਵਲੌਗ ਨੀ ਬਣਾਇਆ ਸੀ 3-4 ਦਿਨ ਕਿਉਂਕਿ ਸੱਟ ਲੱਗ ਗਈ ਕਿ ਕੀ ਬਣਾਉਣਾ ਯਾਰ ਵਲੌਗ ਹਨਾ ਸੋ ਹੁਣ ਅੱਜ ਚੱਲੇ ਆ ਇੰਜੋਏ ਕਰਾਂਗੇ ਗੱਲਾਂ ਬਾਤਾਂ ਮਾਰਾਂਗੇ ਵਲੌਗ ਨਾ ਬਣਾਉਣ ਦਾ ਇਹ ਵੀ ਰੀਜ਼ਨ ਸੀਗਾ ਕਿਉਂਕਿ ਅਸੀਂ ਘਰੇ ਬੈਠੇ ਰਹਿੰਦੇ ਹੁੰਦੇ ਸੀ ਘਰੇ ਗੱਲਾਂ ਕਰੀ ਜਾਂਦੇ ਸੀਗੇ ਹਨਾ ਵੀ ਅਸੀਂ ਕਦੀ ਉਹਨਾਂ ਨੇ ਸਾਡੇ ਕੋਲ ਆ ਜਾਣਾ ਸਹੀ ਗੱਲ ਹੈ 4 ਦਿਨ ਇੰਨੀਆਂ ਗੱਲਾਂ ਕੀਤੀਆਂ ਨਾ ਪਰ ਉਹਦਾ ਵੀ ਇੱਕ ਅਲੱਗ ਹੀ ਮਜ਼ਾ ਸੀਗਾ ਹਨਾ ਵੀ ਸਾਰੇ ਅਸੀਂ 4 ਜਣੇ ਇਕੱਠੇ ਬੈਠਦੇ ਸੀ ਖਾਂਦੇ ਪੀਂਦੇ ਇਕੱਠੇ ਤੇ ਹਨਾ ਤੇ ਗੱਲਾਂ ਗੁੱਲਾਂ ਕਰਦੇ ਰਹੇ ਤੇ ਅੱਜ ਫਾਈਨਲੀ ਮੈਨੂੰ ਲੱਗਦਾ 3-4 ਦਿਨ ਹੋ ਗਏ ਹਨਾ 3-4 ਦਿਨਾਂ ਬਾਅਦ ਮੈਂ ਬਿਲਕੁਲ ਠੀਕ ਆ ਹੁਣ ਤੇ ਆਪਾਂ ਸੋਚਿਆ ਵੀ ਆਪਾਂ ਘੁੰਮਣ ਜਾਂਦੇ ਆ ਸਹੀ ਗੱਲ ਆ ਤੇ ਆਪਾਂ ਹੁਣ ਉਹਨਾਂ ਨੂੰ ਪਿਕ ਕਰਦੇ ਆ ਫਿਰ ਦੇਖਦੇ ਆ ਕਿੱਧਰ ਨੂੰ ਜਾਂਦੇ ਆ ਅੱਜ ਫਿਰ ਪਤਾ ਲੱਗੂਗਾ ਕਿੱਧਰ ਕਿੱਧਰ ਜਾਂਦੇ ਆ ਹਾਂਜੀ ਸਾਡੀ ਕਿਊਟ ਜੀ ਜੋੜੀ ਆ ਗਈ ਆ ਸਾਡੇ ਨਾਲ ਹਾਂਜੀ ਤੇ ਅੱਜ ਚਲਿਓ ਹਮ ਜਾ ਰਹੇ ਹਾਂ ਨਾਈਟ ਆਊਟ ਕੇ ਲਈ ਨਾਈਟ ਆਊਟ ਕੇ ਲਈ ਜਾ ਰਹੇ ਹੋ ਵੈਸੇ ਮੌਸਮ ਵਧੀਆ ਹੋ ਗਿਆ ਨਾ ਅੱਜ ਮੌਸਮ ਘੈਂਟ ਆ ਬਾਕੀ ਦਿਨੇ ਥੋੜਾ ਖਰਾਬ ਰਹਿੰਦਾ ਹਾਂ ਥੋੜੀ ਗਰਮੀ ਰਹਿੰਦੀ ਆ ਹੁਣ ਮੌਸਮ ਠੰਡਾ ਵਾ ਬਾਕੀ ਬੜੇ ਚਿਰਾਂ ਬਾਅਦ ਆਏ ਆ ਮਤਲਬ ਜਿਦਾ ਬਜ਼ੁਰਗ ਆਪਣੇ ਕਈ ਵਾਰੀ ਕਹਿੰਦੇ ਹੁੰਦੇ ਆ ਜੇ ਏਦਾਂ ਛੋਟੀ ਮੋਟੀ ਸੱਟ ਲਾਈ ਜਾਂਦੇ ਨਾ ਕਸ਼ਟ ਟਲ ਜਾਂਦੇ ਆ ਸੋ ਉਹੀ ਸੋਚ ਲੋ ਵੀ ਕਸ਼ਟ ਟਲ ਗਏ ਆਪਾਂ ਹੁਣ ਚੱਲੇ ਕਿੱਥੇ ਆ ਹੁਣ ਬਾਹਰ ਵੇਖੋ ਜਿੱਥੇ ਜਾਏ ਚੱਲ ਪਾ ਇਹ ਡਿਸਾਈਡਡ ਕਦੀ ਹੁੰਦਾ ਹੀ ਨਹੀਂ ਹੈ ਤੇ ਮੈਨੂੰ ਲੱਗਦਾ ਨਹੀਂ ਹੈ ਹੋਇਆ ਕਰਨਾ ਇਹ ਡਿਸਾਈਡ ਜਾਣਾ ਕਿੱਧਰ ਜਾਣਾ ਮੇਰਾ ਲੱਗੀ ਹੈ ਬਿਨਾਂ ਡਿਸਾਈਡ ਕੀਤੇ ਜਾਈ ਜ਼ਿਆਦਾ ਬੈਸਟ ਹੁੰਦਾ ਸਹੀ ਗੱਲ ਹੈ ਡਿਸਾਈਡ ਕਰਕੇ ਜਾਈ ਫਿਰ ਔਖਾ ਜਾਈ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਮਾਨੀ ਮਾਨੀ ਕੀ ਬੋਲਿਓ ਕੀ ਬੋਲਿਓ ਕਿੰਨੇ ਲੱਗ ਗਏ ਬਾਹਰ ਦੱਸ ਮੇਰਾ ਓਹ ਲੈਟਰ ਆ ਬਈ ਨਹੀਂ ਆਪਾਂ ਹੁਣੇ ਮੇਨ ਰੋਡ ਤੇ ਚਲੇ ਜਾਣਾ ਉੱਥੇ ਹਨੇਰਾ ਬਿਲਕੁਲ ਨਹੀਂ ਹੋਣਾ ਲਾਈਟਾਂ ਹੀ ਲਾਈਟਾਂ ਹੋਣੀਆਂ ਸਹੀ ਗੱਲ ਚਲੋ ਹੁਣ ਸੋਚਦੇ ਆ ਕਿੱਥੇ ਨੂੰ ਜਾਣਾ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਜੀ ਆਪਾਂ ਆ ਗਏ ਆ ਕੁਛ ਖਾਣ ਪੀਣ
ਬਾਕੀ ਦੇਖਦੇ ਆ ਕੀ ਕਿਨੇ ਕੀ ਖਾਣਾ ਕਿਨੇ ਤੇਰਾ ਵੇ ਕੀ ਦਿਲ ਕਰਿਆ ਖਾਣ ਨੂੰ ਅਰੇ ਫ੍ਰੈਂਚ ਫ੍ਰਾਈਜ਼ ਦਾ ਕਰਦੇ ਫ੍ਰੈਂਚ ਫ੍ਰਾਈਜ਼ ਦਾ ਮੈਂ ਖਾਣਾ ਚਾਹਣਾ ਕਰੀਮੀ ਫ੍ਰਾਈਜ਼ ਕਰੀਮੀ ਫ੍ਰਾਈਜ਼ ਹਾਂ ਹਾਂਜੀ ਫਿਰ ਆਪਾਂ ਮੈਂ ਕਿਹਾ ਫਨ ਬਾਈਟਸ ਤੇ ਚੱਲਦੇ ਆ ਉਹਨਾਂ ਦਾ ਹਾਂ ਉਹਨਾਂ ਦਾ ਦੱਸੇ ਮਾਨੀ ਤੁਸੀਂ ਮੈਂ ਤਾਂ ਕੁਝ ਵੀ ਖਾ ਲਾਂਗੀ ਕੁਝ ਵੀ ਖਾ ਲਾਂ ਮਾਨੀ ਮੇਰੇ ਲਈ ਮੈਂ ਵੀ ਕੁਝ ਹੀ ਖਾ ਲੂੰ ਮੈਂ ਵੀ ਹਾਂ ਪਰ ਇਦਾਂ ਨਹੀਂ ਮਤਲਬ ਕਿ ਇਦਾਂ ਨਹੀਂ ਮਤਲਬ ਕਿ ਜਿਹੜੀ ਚੀਜ਼ ਨਹੀਂ ਪਸੰਦ ਉਹ ਵੀ ਖਾ ਲਾਂਗੇ ਜਿਹੜੀ ਨਹੀਂ ਪਸੰਦ ਆਉਗੀ ਆਪਾਂ ਦੂਜੀ ਚੀਜ਼ ਕਰਾ ਲਾਂਗੇ ਅਹੀਂ ਤੈਨੂੰ ਇੱਕ ਹੀ ਆ ਪਰ ਉਹਦਾ ਜ਼ਿਆਦਾ ਜਮਾਨ ਫ੍ਰਾਈਜ਼ ਦਾ ਆ ਹਾਂ ਚਲੋ ਚੱਲਦੇ ਆ ਜਾ ਕੇ ਵੇਖਦੇ ਹਾਂ ਜੀ ਦੇ ਤਾ ਆਰਡਰ ਉਹ ਖਾ ਆਰਡਰ ਲੈ ਲੈ ਹੈ ਆਰਡਰ ਦੇ चलो उठो नहीं ऑर्डर देना चाहिए ना चलो चेता फुल चलो फन क्रिस्पी पनीर मेरा फन क्रिस्पी पनीर बर्गर के जसदा ग्रिल्ड चिकन बर्गर चलो दी दी मैं पड़ी रेस्ट कर चलो ठीक है मैंने पता नहीं फुल चलो चलो आपा दे रहे हैं ऑर्डर ते भैया ने ऑर्डर कर दे पे नहीं एक चीजी फ्राइज कर भैया बढ़िया सब यार बर्गर है सब कुछ बढ़िया फ्राइज वगैरह सब कुछ सब बेस्ट होगा आप कुछ भी ट्राई कर सकते हो थैंक यू भैया इंतरा कॉम्प्रोमाइज करने के लिए भैया एक ना फन वेजी पिज्जा है जी लोकेशन सची बड़ी कैंट लगी है रीला बनाई है क्यों वीडियो चलनी है ओ एवरी कपड़े तो बस एक कपड़े मेरी गल सुनो कपड़े छोड़ो बंदे आपा कितने सोने हैं मने मैं थोड़ा बीमार हो गया मुझे नहीं लगता पया मुझे हिमानी आप क्या बोल रहे थे आप गल की थी वैसे नहीं याद भूल गया सजना सोच दे की पे है दरवाजा खोलता उपरों हवा वज गई ना मुड़के मानी रौला पावे बारी देनाल लगी हुई अंदर बड़ा वाल मैं अंदर वाल ये देखो ये टाइम पास हो रहा है अभी जब तक ऑर्डर आंदा नहीं हैगा उदों तक टाइम पास है ना ऑर्डर अपना आ गया आ हिमानी दा आ मयंक दा इधर बर्गर दोनों जे एक दा मेरा है ते एक दा तुम्हारा है हां जी मेनू एक डाउट है आ ते एक्सेल नहीं उन्होंने कहा सी 7 इंचेस दा ही बंदा है शूट हां एक साइज आ हां हम पै जा टूट गया यार बहुत भूख लगी है ठीक है जी हां मयंक दे प्राइस वाली देखी है खान पीन दे मामले चूज़ी आ खब्बू है तू
ਉਹ ਦੂਜਾ ਤਸਰੀਹ ਕੀਤਾ नौ नक नहीं नौ कन नहीं वाल पैर नहीं मां सिर नहीं है बस गल ही है कुछ नहीं कहना पिज्जा नहीं फड़ा पिज्जा खा ले दो ही पीस रहेंगे खा ले खा ले खा ले हूँ आप मंगाए हुए ओशियन ब्लू नीला सागर मंगाया हाँ जी कितना सागर मंगाया कितना सागर मंगाया नीला सागर पी रहे हो हाँ जी नीला सागर कितना ही पला पूरे मेन्यू देख के ਕੋਸ਼ਨੀ ਕਿਲੋ ਹਨਾ ਲਿਖਿਆ ਉਹ ਕਿਟਕੈਟ ਹੈ ਨਾ ਹਿਮਾਨ ਨੇ ਕਿਟਕੈਟ ਉਹ ਪੀ ਜਾਂਦਾ ਵਿੱਚ ਹੀ ਕੋਈ ਨਹੀਂ ਫਿਰ ਮੈਂ ਕਹੇ ਵੀ ਉਹਨਾਂ ਨੇ ਦਿੱਤਾ ਮਿਕਸ ਕਰਕੇ ਹੈ ਵਿੱਚ ਪਾ ਲੈ ਮਿਕਸ ਨਹੀਂ ਕਰਨਾ ਚਲ ਟਰਾਈ ਤਾਂ ਕਰੋ ਨਾ ਪੀ ਲਓ ਯਾਰ ਇਹ ਕਿੱਥੇ ਚਲ ਗਿਆ ਗਿਆ ਡਸਟਬਿਨ ਲੱਭਦਾ ਤੇ ਪਤਾ ਨਹੀਂ ਹੁਣ ਉਹ ਹੈ ਸੱਚੀ ਡਸਟਬਿਨ ਕਿ ਨਹੀਂ ਤੇ ਉਹ ਸੁੱਟਤਾ ਹੀ ਸੁੱਟਤਾ ਸੁੱਟਤਾ ਡਸਟਬਿਨ ਨਹੀਂ ਹੀਗਾ ਹਾਂ ਮੈਂ ਭਾਵੇਂ ਨਹਾਣ ਵਾਸਤੇ ਬਾਲਟੀ ਭਰੀ ਹੋ ਗਈ ਇਹ ਕੋਣ ਸੁੱਟ ਗਿਆ ਵਾ ਜੀ ਪਰ ਉਹ ਡਸਟਬਿਨ ਕੀ ਸੀਗਾ ਹਾਂ ਪਰ ਉਹ ਡਸਟਬਿਨ ਕੀ ਸੀਗਾ ਉਹ ਲਾਹੀ ਮਾਨ ਵੀ ਚਲ ਗਈ ਸੁੱਟਤਾ चेक करने कही सच्ची डस्टबिन है अच्छा पाइप मुरझा गई फ्रेश ही ना तां करके है ना मुरझा गई फिर बोल हां हां जी हां जी की गल मुरझा गई हां जी मैं नींद आ गई नींद ऐ दस नींद कितों आ हां जी ਨੀਂਦ ਇੱਕ ਹੋਰ ਗਾਣਾ ਸੁਣਾਣਾ ਗੱਡੀ 'ਚ ਬੈਠ ਕੇ ਹਾਂ ਦੱਸ ਤੂੰ ਨਸ਼ੇੜੀ ਕਿਹਨੋਂ ਕੀ ਭਾਲਦੀ ਉਹਦੇ ਚ ਤਾਂ ਪਹਿਲਾਂ ਸੁਣਾਇਆ ਚੱਲ 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 ਆਂਦੇ 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 ਛੇਤੀ ਸਰਪ੍ਰਾਈਜ਼ ਸੁਣਾ ਦੱਸ ਤੂੰ ਉਹ ਸਰਪ੍ਰਾਈਜ਼ ਵਾਲਾ ਗਾਣਾ ਤੇ ਹੋਰ ਆ ਕੋਈ ਇਹ ਤੇ ਆਪਾਂ ਵੈਸੇ ਥੋੜਾ ਆਂਦੇ ਸੁਰ ਜੇ ਲਾਲ ਮੜਾਇਆ ਸੁਰ ਆਹੀ 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 ਤੇਰੇ ਬੜਾ ਸੋਹਣਾ ਲੱਗਦਾ ਜਰਾ ਸੁਰ ਕਿੱਥੇ ਲੈ ਸੁਰ ਨਿਕਲਦੇ ਥੋੜੇ ਜੋਸ਼ ਵਿੱਚ ਆਹੀ ਗਾਣੇ ਦੇ ਲਾ ਦੱਸ ਤੂੰ ਨਸ਼ੇੜੀ ਕਿਹਨੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਬਾਕੀ ਗੱਡੀ ਜਾਵਾਂਗੇ ਭਾਲ ਸਕਦੇ ਪਰੇ ਦੱਸ ਅੱਛਾ ਮਨ ਠੰਡ ਲੱਗੀ ਤੜ ਲੱਗ ਗਿਆ ਕਿ ਹੈ ਕੱਲ ਫਿਰ ਉਹ ਸਮਾ ਚੇਂਜ ਹੋ ਗਿਆ ਵਾਹ ਵਾਹ ਹਏ ਸੱਚੀ ਇਦਾਂ ਲੱਗਦਾ ਪਿਆ ਜਿੱਦਾਂ ਨਾ ਕੋਈ ਟੈਡੀ ਬੀਅਰ ਕੋਲੋਂ ਇਦਾਂ बस नजर ना लगे ना चलो हां जी जी आप आ गए घरे इधर आए मैं कढ़ाने ले ते तारे गेंदे पे चार बज गया सुबह दे ते तड़का हो गया है ना ਤੜਕਾ ਹੋ ਗਿਆ ਤੇ ਹੁਣ ਆਪਾਂ ਬਸ ਰੈਸਟ ਕਰਾਂਗੇ ਹਾਂਜੀ ਹਾਂਜੀ ਥੱਕੇ ਹਾਂਜੀ ਥੱਕ ਕੇ ਥੋੜੇ ਥੋੜੇ ਜ਼ਿਆਦਾ ਨਹੀਂ ਥੋੜੇ ਥੋੜੇ ਬਾਕੀ ਫਲੈਸ਼ ਅੱਖਾਂ 'ਚ ਪੈ ਰਹੀ ਹੈ ਸੱਚੀ ਪੈ ਰਹੀ ਹੈ ਬਹੁਤ ਅੱਖਾਂ 'ਚ ਪੈ ਰਹੀ ਹੈ ਅੱਜ ਪੈ ਰਹੀ ਹੈ ਮਾਨੀ ਜੀ ਕੁਝ ਕਹੋਗੇ ਕੀ ਕੁਝ ਕਹੋਗੇ ਮੈਂ ਕਿਹਾ ਕਹਿੰਦੇ ਕੁਝ ਖਾਓਗੇ ਵੇਖਿਆ ਨਹੀਂ ਭੁੱਖ ਲੱਗੀ ਹੈ ਮੈਂ ਕਹਿ ਨਾ ਅਕਾ ਖਾਣਾ
ਹੈਂ ਕਾ ਖਾਣਾ ਬਾਦੂ ਬੱਠੀ ਕਰ ਦਿੱਤਾ ਮੈਂ ਖਾਣਾ ਸਫਾਈ ਦੀ ਸਫਾਈ ਹੋ ਜੂ ਮਰ ਗਈ ਨਹੀਂ ਮੈਨੂੰ ਮਤਲਬ ਉਦਾਂ ਭਲੇਖਾ ਪੈ ਗਿਆ ਪਰ ਭੁੱਖ ਨਹੀਂ ਲੱਗੀ ਹੋਈ ਅੱਛਾ ਮਾਰੀ ਤਾਂ ਜਿਹੇ ਮਤ ਹੈਗੀ ਹੈ ਨਾ ਥੋੜੀ ਜਿਹੀ ਨਾ सामने का दरवाजा कह रहा घर बंद है चलो यार छोड़ो परे बाय बाय एंड टेक केयर।